ਜੰਡਿਆਲਾ ਦੇ ਖੇਤਾਂ ਦੇ ਵਿੱਚ ਇੱਕ ਨੌਜਵਾਨ ਦੀ ਮਿਲੀ ਲਾਸ਼, ਪੁਲਿਸ ਕਰ ਰਹੀ ਹੈ ਜਾਂਚ। ਜਾਂਚ ਦੇ ਵਿੱਚ ਪਤਾ ਚੱਲਿਆ ਕਿ ਇਹ ਨੌਜਵਾਨ ਅੰਮ੍ਰਿਤਸਰ ਦੇ ਬੀ ਡਿਵੀਜ਼ਨ ਏਰੀਏ ਦਾ ਰਹਿਣ ਵਾਲਾ ਆ। ਇਹਦੇ ਸਿਰ 'ਤੇ ਕਿਸੇ ਦੇ ਛੂਟਾਂ ਲੱਗੀਆਂ ਹੋਈਆਂ, ਸੱਟਾਂ ਲੱਗੀਆਂ ਹੋਈਆਂ। ਪੁਲਿਸ ਨੇ ਆਧਾਰ ਕਾਰਡ ਦੇਖ ਕੇ ਜਿਹੜੀ ਹੈਗੀ ਆ ਉਹ ਪਛਾਣ ਕਰ ਲਿੱਤੀ ਗਈ ਆ। ਜਲਦੀ ਹੀ ਉਹਦਾ ਪੋਸਟਮਾਰਟਮ ਕਰਵਾਇਆ ਜਾਏਗਾ। ਕੀ ਕਹਿਣਾ ਨੇ ਪੁਲਿਸ ਦੇ ਅਧਿਕਾਰੀ ਦਾ, ਉਹ ਅਸੀਂ ਜਾਣਦੇ ਹਾਂ। ਗਹਿਰੀ ਮੰਡੀ ਦੇ ਵਿੱਚ ਇੱਕ ਲਾਸ਼ ਮਿਲੀ ਹੈ, ਕੀ ਕਹਿਣਾ ਚਾਹੋਗੇ ਜੀ, ਕੀ ਕਾਰਵਾਈ ਕੀਤੀ ਗਈ? ਇਹ ਸੁਬਹਾ ਸਾਨੂੰ 8:30 ਵਜੇ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਨੂੰ ਇਤਲਾਹ ਮਿਲੀ, ਸੈਰ ਕਰਨ ਗਿਆ ਸੀਗਾ ਅਤੇ ਪਿੰਡ ਗਹਿਰੀ ਮੰਡੀ ਤੋਂ ਸੂਏ ਕੰਢੇ ਜਿਹੜਾ ਦੇਵੀ ਬਾਸਪੁਰ ਰੋਡ ਜਾਂਦਾ ਆ, ਕਰੀਬ 1 ਕਿਲੋਮੀਟਰ ਦੇ ਲਾਗੇ ਜਿਹੜੀ ਸੀ ਉਹਦੀ ਆਪਣੇ ਝਾੜੀਆਂ ਦੇ ਵਿੱਚ ਉਹਦੀ ਲਾਸ਼ ਪਈ ਸੀਗੀ ਅਤੇ ਜਿਹਦੇ ਸਿਰ 'ਤੇ ਮੂੰਹ 'ਤੇ ਸੱਟਾਂ ਦੇ ਨਿਸ਼ਾਨ ਸੀਗੇ। ਦੱਸਿਆ ਜਾ ਰਿਹਾ ਕਿ ਉਸ ਲੜਕੇ ਦਾ ਜਿਹੜਾ ਵਾ ਉਹ ਕਤਲ ਕੀਤਾ ਗਿਆ ਵਾ। ਇਸ ਬਾਰੇ ਜਿਹੜਾ ਆ ਜੋ ਦੌਰਾਨੇ ਤਫਤੀਸ਼ ਜਿਹੜੀ ਗੱਲ ਸਾਹਮਣੇ ਆਈ ਉਹਦੇ ਅਨੁਸਾਰ ਹੀ ਜਿਹੜੀ ਕਾਰਵਾਈ ਕੀਤੀ ਜਾਏਗੀ। ਹਾਂਜੀ ਹਾਂਜੀ, ਇਹਦੇ ਵਾਰਸਾਂ ਨੂੰ ਅਸੀਂ ਆਪਣੇ ਇੱਕ ਆਧਾਰ ਕਾਰਡ ਮਿਲਿਆ ਸੀਗਾ ਅਤੇ ਆਧਾਰ ਕਾਰਡ ਤੋਂ ਜਿਹੜਾ ਮੈਂ ਆਪਣੇ ਕਰਮਚਾਰੀ ਭੇਜੇ